ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਵਿੱਚ ਕਰੀਬ 18 ਸਾਲਾਂ ਦੀ ਲੜਕੀ ਦੇ ਸ਼ੱਕੀ ਹਾਲਾਤਾਂ ਵਿੱਚ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਸ ਨਾਲ ਜਿੱਥੇ ਹਲਕੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਨਮ ਲਿਆ, ਉੱਥੇ ਇਸ ਤਰ੍ਹਾਂ ਦੀਆਂ ਘਟੀਆ ਹਰਕਤ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਮੌਕੇ 'ਤੇ ਇਸ ਕੁੜੀ ਦੀ ਹਾਲਤ ਦੇਖੀ ਉਹਨਾਂ ਦੇ ਰੌਂਗਟੇ ਖੜੇ ਹੋ ਗਏ ਅਤੇ ਇਸ ਘਟੀਆ ਕਾਰਵਾਈ ਨਾਲ ਇਨਸਾਨੀਅਤ ਸ਼ਰਮਸ਼ਾਰ ਹੋ ਗਈ ਹੈ। ਕਿੱਥੋਂ ਕੇ ਰਹਿਣ ਵਾਲੇ ਹੋ ਤੁਸੀਂ? ਹਮ ਰਹਿਣੇ ਵਾਲੇ ਹੈ ਬਿੰਦੋਰ ਕੇ ਤਰਫ ਕੇ। ਅੱਛਾ, ਯਹਾਂ ਕੈਸੇ ਆਈ? ਯਹਾਂ ਤੋ ਹਮ ਗਾਉਂ ਮੇ ਆਏ ਹੈ, ਯਹਾਂ ਯਹਾਂ ਕਾਮ ਕੇ ਲਈ ਕਾਮ ਕਰਤੇ ਹੈ ਇਧਰ। ਅੱਛਾ, ਕਿੱਥੇ ਕਾਮ ਕਰਤੇ ਹੋ? ਯੇ ਤੋ ਨਹੀਂ ਯਾਦ ਹੈ ਨਾ ਹਮਕੋ, ਦਿਮਾਗ ਨਹੀਂ ਹਮਾਰੇ ਅੰਦਰ ਇਤਨਾ। ਬਾਬਾ ਯਾਰ, ਹੱਥ ਕਿਉਂ ਉੱਤੇ ਮਾਰੀ ਇਹਨਾਂ ਦੇ? ਅੱਛਾ ਹੀ ਚੱਲ ਲੈਣ ਕਰਤੇ ਹੈ ਗੁਲਮੰਜਨ ਚੰਦ ਤਾਰੇ ਕੀ। ਨਾਲੇ ਆਪ ਹੋ ਰਹੀ ਹੈ, ਟਰੱਕ ਵਾਲੇ ਵੀ ਛੇੜਛਾੜ ਕਰ ਰਹੇ ਥੇ। ਹਾਂ, ਉਹ ਛੇੜਛਾੜ ਕਰ ਰਹੇ ਥੇ ਹਰਾਮੀ ਕੇ ਪਿੱਲੇ ਮੇਰੇ ਸਾਥ। ਤੋ ਉਹਨਾਂ ਨੇ ਇੱਕ ਖੁਰਾਕ ਦਵਾਈ ਰੱਖੀ ਹੋਗੀ ਯਹਾਂ ਪੇ, ਜਬ ਮੇਰੇ ਕੋ ਸੜਕ ਪੇ ਛੋੜ ਗਏ ਹੋਂਗੇ ਰਾਤ ਮੇ। ਅਭੀ ਇਹ ਨਹੀਂ ਪਤਾ ਕੌਨ ਸਾ ਇਲਾਕਾ ਹੈ ਮੇਰਾ ਫੈਕਟਰੀ ਕਾ ਉਧਰ। ਮਾਤਾ ਪਿਤਾ ਕਾ ਨਾਮ ਕਿਆ ਹੈ? ਕਿਸੀ ਕਾ ਨਾਮ ਯਾਦ ਹੈ? ਉਹ ਤੋ ਬਤਾਇਆ ਥਾ ਮੈਂ ਇਹਨੇ। ਕਾ ਕਿਆ ਨਾਮ ਹੈ? ਬਾਪਾ ਨਾਮ ਹੈ ਸਬੀਕ। ਅੱਛਾ। ਮਾਂ ਕਾ ਨਾਮ ਹੈ ਖੇਰੁਨੀਸਾ। ਅੱਛਾ। ਭਾਈ ਕਾ ਨਾਮ ਹੈ ਹਫੀਦ। ਕਿਧਰ ਕੇ ਰਹਿਣੇ ਵਾਲੇ ਹੋ ਪਤਾ ਹੈ? ਮੇਰੀ ਮਾਂ ਕਾਨਪੁਰ ਕੀ ਤਰਫ ਕੀ ਹੈ। ਆਪਕੋ ਆਪਕਾ ਮੇਰਾ ਕੁਛ ਨਹੀਂ ਹੈ, ਮੈਂ ਆਪਣੀ ਮਾਂ ਕੇ ਪਾਸ ਹੀ ਤੋ ਥੀ, ਤੋ ਮੇਰੀ ਭਾਭੀ ਤੋ ਲੜਾਈ ਕਰ ਰਹੀ ਥੀ ਮੇਰੇ ਸੇ, ਤੋ ਮੈਂ ਕਹਾ ਮੈਂ ਨਾਚਨੇ ਜਾ ਰਹੀ ਸੀ, ਜੋ ਕੋ ਮੈਂ ਤੇਰੇ ਉੱਪਰ ਲਾ ਕੇ ਫੇਂਕ ਦੂੰਗੀ ਨੋਟ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸਿੰਘਾਵਾਲਾ ਸਥਿਤ ਡੇਰਾ ਬਾਬਾ ਸਾਈ ਤਕੀਆ ਦੇ ਮੁੱਖ ਸੇਵਾਦਾਰ ਉੱਘੇ ਸਮਾਜ ਸੇਵੀ ਬਾਬਾ ਕੁਲਵਿੰਦਰ ਸਿੰਘ ਸਾਬਰੀ ਜੀ ਕਪੂਰੇ ਵਾਲੇ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚੋਂ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਇੱਕ 18-20 ਸਾਲਾਂ ਲਾਵਾਰਿਸ ਲੜਕੀ ਸੜਕ ਦੇ ਕੰਢੇ ਨਾਲੇ ਕੋਲ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੀ ਪਈ ਹੈ, ਜਿਸ ਦੇ ਕੱਪੜੇ ਵੀ ਫਟੇ ਹੋਏ ਅਤੇ ਲਿਬੜੇ ਹੋਏ ਨੇ। ਤਾਂ ਇਹ ਸੁਣ ਕੇ ਉਹਨਾਂ ਨੇ ਪਿੰਡ ਦੇ ਸਾਬਕਾ ਸਰਪੰਚ ਤੀਰਥ ਸਿੰਘ ਕਾਲਾ, ਚਰਨ ਸਿੰਘ ਪ੍ਰਧਾਨ ਤੋਂ ਇਲਾਵਾ ਪਿੰਡ ਦੇ ਮੌਜੂਦਾ ਸਰਪੰਚ ਨੂੰ ਸੂਚਿਤ ਕੀਤਾ ਅਤੇ ਉਹਨਾਂ ਨੇ ਉਕਤ ਲੜਕੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਰੇ ਵਿੱਚ ਲਿਆਂਦੀ ਅਤੇ ਉਸਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਲੜਕੀ ਨੂੰ ਹੋਸ਼ ਆਉਣ 'ਤੇ ਪੁਲਿਸ ਚੌਂਕੀ ਚੜਿੱਕ ਤੋਂ ਇਲਾਵਾ ਸਮਾਜ ਸੇਵੀ ਸੁਸਾਇਟੀ ਮੋਗਾ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਤੋਂ ਪੁੱਛਗਿੱਛ ਕੀਤੀ। ਲੜਕੀ ਡਿੱਗੀ ਪਈ ਆ ਅਤੇ ਅਸੀਂ 11:15 ਵਜੇ ਉੱਥੇ ਪਹੁੰਚ ਗਏ ਆ ਅਤੇ ਉਦੋਂ ਤੁਰੀ ਆਉਂਦੀ ਸੀਗੀ ਅਤੇ ਅਸੀਂ ਨਾਲ ਹੀ ਉੱਥੇ ਘੜਿਆ ਕੇ ਹੋਟਲ 'ਚ ਪਾਣੀ ਪੂਣੀ ਪਿਆ, ਠੰਡਾ ਠੰਡਾ ਪਿਆ, ਉਸ ਮਾੜੀ ਸੁਰਤ ਫੜਿਆ ਹੀ ਅਤੇ ਮੁੜ ਕੇ ਵੀ ਥੋੜ੍ਹੇ ਟਾਈਮ ਬਾਅਦ ਅਸੀਂ ਮੋਟਰਸਾਈਕਲ 'ਤੇ ਪਾ ਕੇ ਡੇਰੇ ਲਿਆਂਦਾ, ਡੇਰੇ 'ਤੇ ਨਿੱਕੀਆਂ ਨਿੱਕੀਆਂ ਗੁੱਡੀਆਂ ਨੇ ਉਹਨੂੰ ਨਵਾਇਆ, ਨਵਾ ਕੇ ਜਿਹੜੇ ਕੱਪੜੇ ਪਾ ਕੇ ਅਤੇ ਮਾੜੀ ਸੁਰਤ ਆਈ, ਫਿਰ ਵੀ ਉਹਨੇ ਕੋਈ ਇੱਦਾਂ ਕੋਈ ਟਿਕਾਣਾ ਨਹੀਂ ਦੱਸਿਆ ਹੈਗਾ ਅਤੇ ਕੋਈ ਤਾਂ ਹੋਰ ਅੱਡੋ ਅੱਡੀ ਥਾਂ ਦਾ ਉਹ ਐਡਰੈਸ ਦੱਸ ਰਹੀ ਆ, ਆਪਦਾ ਪੱਕਾ ਐਡਰੈਸ ਦੱਸ ਦੇ। ਠੀਕ ਹੈ, ਕੀ ਬੋਲਦੀ ਕੀ ਹੈ, ਕਿਸ ਤਰ੍ਹਾਂ ਦੀ ਭਾਸ਼ਾ? ਉਹ ਹਿੰਦੀ 'ਚ ਬੋਲਦੀ ਹੈ ਜੀ। ਠੀਕ, ਉਹ ਪਰਿਵਾਰ ਦਾ ਉਹਨੇ ਦੱਸਿਆ? ਨਹੀਂ, ਪਰਿਵਾਰ ਦਾ ਹਜੇ ਤੱਕ ਕੋਈ ਦੱਸਿਆ ਨਹੀਂ ਸਰ। ਠੀਕ, ਮੁਸਲਮਾਨਾਂ ਦੀ ਕੁੜੀ ਦੱਸ ਰਹੀ ਹੈ। ਅੱਛਾ, ਡਰੈਸ ਡਰੁੱਸ ਉਹਨੇ ਕੁਛ ਦੱਸਿਆ? ਡਰੈਸ ਨਹੀਂ, ਕੋਈ ਪੱਕਾ ਡਰੈਸ ਦੱਸਿਆ ਨਹੀਂ ਨਾ ਅੱਜ ਤੱਕ ਉਹਨਾਂ ਨੇ। ਅੱਛਾ, ਹੁਣ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ? ਹਾਂਜੀ, ਉਸ ਤੋਂ ਬਾਅਦ ਕਿ ਅਸੀਂ ਉੱਥੇ ਜਿਹੜਾ ਥਾਣੇ ਫੋਨ ਲਾਇਆ ਤਾਂ ਉਹਨਾਂ ਨੇ ਉਸੇ ਵਕਤ ਹੀ ਇੱਥੇ ਪਹੁੰਚ ਕੇ ਆ ਕੇ ਇਹਦੀ ਕਾਰਵਾਈ ਕਰਨੀ ਸ਼ੁਰੂ ਕਰਤੀ। ਕੀ ਕਹਿੰਦੇ ਆ ਜਨਤਾ ਨੂੰ, ਕੀ ਅਪੀਲ ਕਰ? ਜਨਤਾ ਨੂੰ ਇਹ ਕਹਿੰਦੇ ਵੀ ਇਹਦੇ ਬਾਰੇ ਕੋਈ ਵੱਧ ਤੋਂ ਵੱਧ ਪਤਾ ਲੱਗ ਸਕੇ ਅਤੇ ਉਹ ਆਪਦੇ ਪਰਿਵਾਰ 'ਚ ਪਹੁੰਚ ਸਕੇ, ਵੱਧ ਤੋਂ ਵੱਧ ਸਾਡੀ ਮਦਦ ਕਰੋ ਇਸ ਬਾਰੇ। ਮਿਲੀ ਹੈ ਇੱਥੇ, ਕੀ ਕਹੋਗੇ, ਕਿਸ ਤਰ੍ਹਾਂ ਦੇ ਹਾਲਾਤ ਆ? ਕੀ ਇਹ ਜੀ ਬਾਬਾ ਜੀ ਨੂੰ ਮਿਲੀ ਇੱਥੇ ਡੇਰੇ 'ਚ ਅਤੇ ਬਾਬਾ ਜੀ ਨੇ ਅਤੇ ਪੱਤਰ ਤੁਹਾਡੇ ਚੈਨਲ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਤੁਸੀਂ ਇਹ ਕੰਮ ਸਮਾਜ ਸੇਵਾ ਸਾਡੀ ਵੱਲੋਂ ਕਰਦੇ ਰਹੇ ਨੇ, ਸਾਨੂੰ ਕੋਈ ਉਹਦੇ ਬਾਰੇ ਚਾਨਣਾ ਪਾਓ। ਮੈਂ ਇੱਥੇ ਆਇਆ ਆ ਕੇ ਵੇਖੇ ਤੇ ਲੜਕੀ ਦੇ ਹਾਲਾਤ, ਪਰ ਜਿਹੜੇ ਹਿਸਾਬ ਨਾਲ ਇਹ ਹਾਲਾਤ ਦੱਸ ਰਹੀ ਹੈ ਇਹਦੇ ਦੱਸਣ ਦੇ ਮੁਤਾਬਕ ਵੀ ਇਹਨੂੰ ਮੈਨੂੰ ਦੋ ਟਰੱਕ ਵਾਲੇ ਵਾ ਲਿਆ। ਇਹ ਦੱਸਦੀ ਹੈ ਵੀ ਕੋਈ ਸਾਡਾ ਮੈਨੇਜਰ ਆ ਰਕੇਸ਼, ਉਹ ਮਤਲਬ ਉਹਨੇ ਮੈਨੂੰ ਲਾਲਚ ਦੇ ਕੇ ਪੈਸਿਆਂ ਦਾ ਉਹਦੇ ਨਾਲ ਵਾਹਿਆ,
ਅਤੇ ਇੱਥੇ ਲਿਆ ਕੇ ਮੈਨੂੰ ਛੱਡ ਦਿੱਤਾ ਗਿਆ। ਪਰ ਜਿਹੜੇ ਹਿਸਾਬ ਨਾਲ ਬਾਬਾ ਜੀ ਨੇ ਪਹਿਲਾਂ ਹਾਲਾਤ ਵੇਖੇ ਆ ਇਹਦੇ, ਉਸ ਹਿਸਾਬ ਨਾਲ ਨਹੀਂ ਇਹ ਲੱਗ ਰਿਹਾ ਵੀ ਇਹਦੇ ਨਾਲ ਵਿਚਾਰੀ ਨਾਲ ਕੀ ਭਾਣਾ ਵਾਪਰਿਆ ਅਤੇ ਕੀ ਨਹੀਂ। ਅਸੀਂ ਚਾਹੁੰਦੇ ਹਾਂ ਵੀ ਚੈਨਲ ਦੇ ਰਾਹੀਂ ਜੇ ਇਹਦਾ ਕੋਈ ਵਾਲੀ ਵਾਰਸ ਮਿਲਦਾ ਹੋਵੇ ਜਾਂ ਕੋਈ ਇਹਨੂੰ ਕੋਈ ਜਾਣਦਾ ਪਛਾਣਦਾ ਹੋਵੇ, ਫੋਟੋ ਤੁਹਾਨੂੰ ਲੈ ਹੀ ਲਈ ਹੈ ਤੁਸੀਂ, ਔਰ ਇਹਨੂੰ ਕੋਈ ਵੇਖੇ ਅਤੇ ਮੋਗਾ ਪੁਲਿਸ ਨਾਲ ਸੰਪਰਕ ਕਰੇ, ਔਰ ਸੰਪਰਕ ਕਰਕੇ ਜੇ ਕਿਸੇ ਟਿਕਾਣੇ ਪਹੁੰਚਾਈ ਜਾਵੇ। ਇਸ ਸੰਬੰਧੀ ਜਦੋਂ ਪੁਲਿਸ ਅਧਿਕਾਰੀ ASI ਮਨਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਲੜਕੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨੂੰ SDM ਮੋਗਾ ਸਾਹਮਣੇ ਪੇਸ਼ ਕਰਨ ਉਪਰੰਤ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਜਾਏਗਾ। ਉਹਨਾਂ ਲੜਕੀ ਦੇ ਵਾਰਸਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸਰ, ਇੱਕ ਇੱਥੋਂ ਲੜਕੀ ਮਿਲੀ ਹੈ ਜੀ, ਕੀ ਉਹਦੇ ਬਾਰੇ ਜਾਣਕਾਰੀ ਮਿਲੀ ਹੈ, ਕਿੱਥੋਂ ਆਈ ਹੈ, ਕਿਸ ਤਰ੍ਹਾਂ? ਇਹ ਸਾਨੂੰ ਜੇ ਇੱਕ ਟੈਲੀਫੋਨ ਵਸੂਲ ਹੋਇਆ ਜੀ ਥਾਣੇ, ਹਾਣੇ ਟੈਲੀਫੋਨ ਵਸੂਲ ਹੋਣ 'ਤੇ ਅਸੀਂ ਉੱਥੇ ਪਹੁੰਚੇ, ਬਾਬੇ ਤਕੀਰ ਦੀ ਜਗ੍ਹਾ 'ਤੇ ਕੁੜੀ ਸੀਗੀ। ਇਹ ਨਾਮ ਆਪਦਾ ਸ਼ਬਨਮ ਨਾਮ ਦੱਸਦੀ ਹੈ, ਪਿਓ ਦਾ ਨਾਂ ਥਵੀਕ ਅਤੇ ਮਾਤਾ ਦਾ ਨਾਂ ਖੇਰੂ ਨਿਸ਼ਾ, ਪਤਨੀ ਥਪੀਕ, ਮਤਲਬ ਇਹ ਮੰਦਬੁੱਧੀ ਆ, ਇੰਨਾ ਹੀ ਦੱਸਦੀ ਹੈ, ਹੋਰ ਇਹਦੇ ਬਾਅਦ ਕੁਛ ਨਹੀਂ ਦੱਸਦੀ, ਨਾ ਕੋਈ ਇਹਨੂੰ ਮੋਬਾਈਲ ਨੰਬਰ ਦਾ ਪਤਾ। DM ਗੁਪਤਾ ਕੋਈ ਫੈਕਟਰੀ, ਉੱਥੇ ਸ਼ਾਲ ਬਣਦੇ ਆ, ਕਹਿੰਦੇ ਵੀ ਮੇਰੇ ਮਾਤਾ ਪਿਤਾ, ਮੇਰੀ ਭਾਬੀ, ਮੇਰੇ ਭਰਾ ਉੱਥੇ ਕੰਮ ਕਰਦੇ ਆ। ਹੁਣ ਅਸੀਂ ਜਿਹੜਾ ਇਹਨਾਂ ਨੂੰ ਬਾਲਾਤਰ ਅਫਸਰਾਂ ਕੋਲ ਲੈ ਕੇ ਜਾ ਰਹੇ ਹਾਂ, ਜੋ ਅਗਲੀ ਕਾਰਵਾਈ ਬਣੇਗੀ ਉਹ ਕਰਕੇ ਇਹਨੂੰ ਫਿਰ ਦੱਸਿਆ। ਵੀ ਇੱਥੇ ਕਿਸ ਤਰ੍ਹਾਂ ਪਹੁੰਚੀ ਆ ਜੀ ਇਹਨੇ? ਇਹ ਇਹੀ ਦੱਸਦੀ ਆ ਵੀ ਕੋਈ ਟਰੱਕ ਵਾਲੇ ਸੀਗੇ ਦੋ ਜਣੇ, ਉਹ ਮੈਨੂੰ ਲੈ ਆਏ ਆ। ਮੈਨੂੰ ਮਤਲਬ ਦੌਰਾ ਪੈ ਗਿਆ, ਮਿਰਗੀ ਦਾ ਦੌਰੇ ਪੈਂਦੇ ਆ, ਮਿਰਗੀ ਦਾ ਜਦੋਂ ਦੌਰਾ ਪੈ ਗਿਆ ਮੈਨੂੰ ਇੱਥੇ ਲਾ ਗਏ। ਕੀ ਅੱਗੇ ਕੀ ਕਾਰਵਾਈ? ਅੱਗੇ ਕਾਰਵਾਈ ਅਸੀਂ ਹੁਣ SDM ਸਾਹਿਬ ਕੋਲ ਲੈ ਕੇ ਚੱਲੇ ਹਾਂ, SDM ਸਾਹਿਬ ਜੋ ਕਾਰਵਾਈ ਕਰਨਗੇ ਉਸ ਮੁਤਾਬਕ ਅਸੀਂ ਅਗਲੀ ਕਾਰਵਾਈ ਅਮਲ 'ਚ ਲਿਆਵਾਂਗੇ। ਆਵਾਜ਼ੇ ਕੌਮ TV ਲਈ ਮੋਗਾ ਤੋਂ ਚਮਕੌਰ ਸਿੰਘ ਲੋਕੋ ਦੀ ਰਿਪੋਰਟ।